ਮਾਨਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਨਸਾਬ ਅੱਜ ਗੱਲ ਕਰਾਂਗੇ ਆਪਾਂ ਤੁਹਾਡੇ ਇਸ ਗੁਰੂ ਸਾਹਿਬ ਦੀ ਨਗਰੀ ਨੂੰ ਜਿਸ ਦਾ ਨਾਂ ਆ ਪਿੰਡ ਬਡਾਲੀ ਸਾਹਿਬ ਤੇ ਸਿਆਟਾ ਸਾਹਿਬ। ਕਿੱਡਾ ਪਵਿੱਤਰ ਸਥਾਨ ਹੈ ਜਿੱਥੇ ਤੁਹਾਡਾ ਜਨਮ ਹੋਇਆ ਵਾ, ਉਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਵੇਖੋ ਜੀ, ਅਸੀਂ ਬਹੁਤ ਖੁਸ਼ਕਿਸਮਤ ਕਰਮਾਂ ਭਾਗਾਂ ਵਾਲੇ ਹਾਂ। ਜਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਮੇਰੀ ਪੀੜ੍ਹੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਥੇ ਜਨਮ ਹੋਇਆ। ਅਸੀਂ ਆਪਣਿਆਂ ਨੂੰ ਖੁਸ਼ ਕਿਸਮਤ ਵਾਲੇ ਮੰਨਦੇ ਹਾਂ ਕਿ ਸਾਨੂੰ ਇਸ ਕਰਮ ਵਾਲੀ ਧਰਤੀ 'ਤੇ ਪਰਮਾਤਮਾ ਨੇ ਜਨਮ ਦਿੱਤਾ। ਅਤੇ ਸਰ, ਜੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਇਹ ਬੜਾ ਪਵਿੱਤਰ ਸਥਾਨ ਆ, ਗੁਰੂ ਸਾਹਿਬ ਦਾ ਸਥਾਨ ਆ, ਹੈ ਨਾ ਜੀ, ਅਤੇ ਪਰ ਜਿਹੜੀ ਸੰਗਤ ਇੱਥੇ ਆਉਂਦੀ ਆ ਉਹਨਾਂ ਨੂੰ ਬੜੀਆਂ ਹੀ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ ਵਾ, ਅਤੇ ਫਿਰ ਦੂਸਰਾ ਇੱਥੋਂ ਦੇ ਇਲਾਕੇ ਵਾਸੀ ਜਿਹੜੇ ਹੈਗੇ ਉਹਨਾਂ ਨੂੰ ਵੀ ਪਰੇਸ਼ਾਨੀਆਂ ਝੱਲਣੀਆਂ ਪੈਂਦੀਆਂ, ਜਿਹੜੀ ਕਿ ਆਪਾਂ ਮੈਂ ਹੁਣ ਜ਼ਿਕਰ ਕਰਾਂਗਾ ਉਸ ਸੜਕ ਦੀ ਜਿਹੜੀ ਟੁੱਟੀ ਹੋਈ ਸੜਕ ਆ। ਕਈ ਵਾਰ ਬਰਸਾਤ ਆਉਂਦੀ ਹੈ ਅਤੇ ਇੱਥੇ ਗੁਰੂ ਸਾਹਿਬ ਦੇ ਘਰ ਮੇਲਾ ਚੱਲਦਾ ਹੁੰਦਾ ਵਾ, ਉਦੋਂ ਪਾਣੀ ਭਰਿਆ ਹੁੰਦਾ ਵਾ, ਅਤੇ ਸੰਗਤਾਂ ਨੂੰ ਬੜੀ ਹੀ ਪਰੇਸ਼ਾਨੀ ਝੱਲਣੀ ਪੈਂਦੀ ਆ। ਉਸ ਬਾਰੇ ਕੀ ਕਹਿਣਾ ਚਾਹੋਗੇ ਜਿਹੜੀ ਸੜਕ ਟੁੱਟੀ ਹੋਈ ਆ? ਬਿਲਕੁਲ ਜੀ, ਬਿਲਕੁਲ ਮੈਂ ਤੁਹਾਡੀ ਗੱਲਾਂ ਬਿਲਕੁਲ ਮੈਂ ਸਹਿਮਤ ਹਾਂ ਭਾਜੀ ਕਿ ਵੇਖੋ ਜੀ, ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਨਾ, ਪਿਛਲੀਆਂ ਸਰਕਾਰਾਂ ਨੇ ਅੱਜ ਤੱਕ ਕੋਈ ਸਵਾਦ ਦਾ ਕੰਮ ਕੀਤਾ ਹੀ ਨਹੀਂ। ਹੁਣ ਵੇਖੋ ਜੀ, ਆਹ ਬੋਢੀ ਸਾਹਿਬ ਵਾਲੀ ਸੜਕ ਬਣੀ ਆ, ਹੌਲੀ ਹੌਲੀ ਲੈਣ ਵਾਲੀ ਜਿਹੜੀ ਸੜਕ ਟੁੱਟੀ ਆ ਉਹਨਾਂ ਦੀ ਵੀ ਬਹੁਤ ਛੇਤੀ ਧਿਆਨ, ਮਤਲਬ ਸਾਡੇ ਡਾਕਟਰ ਜਸਵੀਰ ਸਿੰਘ ਸੰਧੂ ਜੀ MLA ਸਾਹਿਬ ਹਲਕਾ ਵੈਸਟ, ਉਹ ਵੀ ਉਹਨਾਂ ਦੇ ਵੀ ਬਿਲਕੁਲ ਧਿਆਨ ਦੇ ਵਿੱਚ ਨੇ। ਅਤੇ ਅਸੀਂ ਪਿਛਲੀ ਦਿਨੀ ਸਾਡੇ ਹਰਭਜਨ ਸਿੰਘ ETO ਬਿਜਲੀ ਮੰਤਰੀ, ਨਿਰਮਾਣ ਮੰਤਰੀ, ਉਹਨਾਂ ਕੋਲ ਵੀ ਜਾ ਕੇ ਅਸੀਂ ਇਹੀ ਮੁੱਦਾ ਰੱਖਿਆ ਕਿ ਸਾਰੇ ਸਾਡੀਆਂ ਜਿਹੜੀਆਂ ਸੜਕਾਂ ਸਾਡੇ ਮਤਲਬ ਹਲਕੇ ਦੀਆਂ ਨਾ, ਇਹ ਮਤਲਬ ਉੱਥੇ ਜਿੱਦਾਂ ਹੁਣ ਦੇਖੋ ਜੀ, ਹਰ ਮਹੀਨੇ ਪੈਂਚਵੀਂ ਆ ਸਾਡੇ ਗੁਰਦੁਆਰਾ ਸਾਹਿਬ, ਪੈਂਚਵੀਂ ਲੱਗਦੀ ਸੰਗਰਾਂਦ ਆ, ਮਤਲਬ ਦਿਨ ਹਰ ਕੋਈ ਦਿਨ ਦਿਹਾੜ ਮਤਲਬ ਇੱਥੇ ਆਉਂਦਾ ਰਹਿੰਦਾ, ਠੀਕ ਆ। ਇਸ ਕਰਕੇ ਸੰਗਤਾਂ ਨੂੰ ਵੀ ਪਰੇਸ਼ਾਨੀ ਝੱਲਣੀ ਪੈਂਦੀ ਆ, ਅਤੇ ਮਤਲਬ ਸਾਨੂੰ ਆਪਣੇ ਆਪਾਂ ਲੋਕਾਂ ਨੂੰ ਵੀ ਸਾਰਿਆਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਆ। ਬਹੁਤ ਜਲਦੀ ਇਹਦਾ ਮਸਲਾ ਜਲਦੀ ਹੱਲ ਹੋਊਗਾ ਜੀ। ਇੱਥੇ ਮੈਂ ਇੱਕ ਬਾਣੀ ਦੇ ਵਿੱਚੋਂ ਤੁਕ ਜਿਹੜੀ ਹੈ ਗੁਰੂ ਸਾਹਿਬ ਨੇ ਜੋ ਕਿ ਬੋਲਿਆ, ਪਵਨ ਪਾਣੀ ਮਾਤਾ ਧਰਤਮ ਹੱਥ। ਦੇਖੋ ਜੀ, ਤੁਹਾਡੇ ਇਸ ਪਿੰਡ ਦਾ ਪਾਣੀ ਵੀ ਖਰਾਬ ਅਤੇ ਧਰਤੀ ਵੀ ਖਰਾਬ ਹੈ, ਅਤੇ ਗੱਲ ਕਰਾਂਗਾ ਮੈਂ ਪਾਣੀ ਦੀ, ਪਾਣੀ ਪੀਣ ਦੇ ਲਾਇਕ ਨਹੀਂ ਹੈਗਾ, ਕਿੰਨੇ ਲੋਕ ਇੱਥੇ ਬਿਮਾਰ ਹੋ ਰਹੇ ਆ, ਅਤੇ ਅਸੀਂ ਮੰਨਦੇ ਹਾਂ ਕਿ ਪਾਣੀ ਹੀ ਜੀਵਨ ਆ, ਪਰ ਉਸ ਜੀਵਨ ਨੂੰ ਅਸੀਂ ਆਪਣੇ ਤੋਂ ਵਾਂਝਾ ਕਰ ਰਹੇ ਹਾਂ, ਉਸ ਬਾਰੇ ਕਹਿਣਾ ਚਾਹੁੰਦੇ ਹੋ? ਵੇਖੋ ਜੀ, ਮੈਂ ਤੁਹਾਨੂੰ ਪਾਣੀ ਜਿਹੜਾ ਤੁਸੀਂ ਪਾਣੀ ਦੀ ਤੁਸੀਂ ਗੱਲ ਕੀਤੀ ਨਾ, ਇਹ ਪਾਣੀ ਦੀ ਤੁਸੀਂ ਵਧੀਆ ਗੱਲ ਕੀਤੀ ਆ ਕਿ ਦੂਜੀ ਗੱਲ, ਇਹ ਪਿਛਲੀਆਂ ਸਰਕਾਰਾਂ ਦੀਆਂ ਲੈ ਕੇ ਆਈ ਜਿਨ੍ਹਾਂ ਨੇ ਦਰਾ ਜਾਂਦੀ ਜਾਂਦੀ ਵਰੀ ਸਾਰਾ ਕੁਝ ਕਾਹਲੀ ਕਾਹਲੀ ਵਿੱਚ ਪੈਪ ਦਰਾ ਜਿੱਥੇ ਪਏ ਉੱਥੇ ਪੈਪ ਪਾ ਤੇ, ਉਹ ਹੁਣ ਉਹ ਕਨੈਕਸ਼ਨ ਗਲਤ ਜਗ੍ਹਾ 'ਤੇ ਕਨੈਕਸ਼ਨ ਹੋ ਗਏ ਆ, ਉਹਦੇ ਨਾਲ ਪਾਣੀ ਦੀ ਬਹੁਤ ਜ਼ਿਆਦਾ ਜਿਹੜਾ ਗੰਦਾ ਪਾਣੀ ਆਉਂਦਾ ਉਹਦੇ ਨਾਲ ਹਰੇਕ ਮਤਲਬ ਇਲਾਕੇ ਨੂੰ ਪਰੇਸ਼ਾਨੀ ਆਉਂਦੀ ਆ, ਬੱਚੇ ਬਿਮਾਰ, ਪਰਿਵਾਰ ਤਾਂ ਹੀ ਬਿਮਾਰ ਹੁੰਦੇ ਆ, ਇਹ ਪਹਿਲੇ ਸਰਕਾਰਾਂ ਦੇ ਨਿਰਣੇ ਲੈ ਕੇ ਕਰਕੇ। ਹੁਣ ਸਾਡੀ ਸਰਕਾਰ ਨੂੰ ਅਜੇ ਇੱਕ ਸਾਲ ਹੋਇਆ, ਇੱਕ ਸਾਲ ਦੇ ਅੰਦਰ ਅੰਦਰ ਸਾਡੀ ਸਰਕਾਰ ਨੇ ਉਹ ਕੰਮ ਕਰਤੇ ਆ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ 70 ਸਾਲ ਨਹੀਂ ਕੀਤੇ, ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਉਪਰਾਲਾ ਜਿਹੜਾ ਤੁਸੀਂ ਗੱਲ ਕੀਤੀ ਪਾਣੀ ਦੀ, ਇਹ ਬਹੁਤ ਜਲਦੀ ਆਪਣੇ ਸਾਡੇ ਹਲਕਾ ਵੈਸਟ ਦੇ ਡਾਕਟਰ ਜਸਵੀਰ ਸਿੰਘ ਸੰਧੂ ਜੀ ਅਤੇ ਸਾਡੀ ਪਾਰਟੀ 'ਚ ਬਹੁਤ ਬਹੁਤ ਜਲਦੀ ਇਹ ਮਸਲਾ ਹੱਲ ਕਰੇਗੀ। ਹਾਂਜੀ, ਹੁਣ ਤੁਸੀਂ ਵੇਖੋ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ, ਉਹਨਾਂ ਨੇ ਹੁਣ ਰੇਤ ਬਾਰੇ ਜਿਹੜਾ 5.5 ਰੁਪਈਏ ਫੁੱਟ ਜਿਹੜੀ ਰੇਤ ਦਾ ਉਹਨਾਂ ਨੇ ਕੀਤਾ ਵਾ, ਉਦਘਾਟਨ ਕੀਤਾ, 16-17 ਖੱਡਾਂ ਉਹਨਾਂ ਨੇ ਖੋਲੀਆਂ। ਉੱਥੇ ਕੋਈ ਵੀ ਆਪਣਾ ਉੱਥੇ ਟੈਡ ਟਰਾਲੀ ਆਪਣਾ ਕੋਈ ਸੰਦ ਲੈ ਕੇ ਜਾਵੇ ਅਤੇ ਉਹ ਆਪਣੀ ਮਤਲਬ ਟਾਈਮ ਦੇ ਹਿਸਾਬ ਨਾਲ, ਜਿੱਦਾਂ ਟਾਈਮ ਰੱਖਿਆ ਉਹ ਆਪਣੇ ਹਿਸਾਬ ਨਾਲ ਉੱਥੋਂ ਰੇਤ ਆਪਣੀ ਲਿਆ ਸਕਦਾ। ਉਹਨੇ ਉਹਦੇ ਵਾਸਤੇ ਕਿੱਡਾ ਵਧੀਆ ਉਪਰਾਲਾ ਕੀਤਾ ਮਾਨ ਸਾਹਿਬ ਉਹਨਾਂ ਨੇ। ਵੇਖੋ ਜੀ, ਜਿਹੜੀਆਂ ਗਰੰਟੀਆਂ ਮਾਨ ਸਾਹਿਬ ਨੇ ਕਹੀਆਂ ਸੀ ਨਾ, ਉਹ ਲੈਂਡ ਵਾਈਜ਼ ਹੌਲੀ ਹੌਲੀ ਪੂਰੀਆਂ ਕਰਨ ਦੇ, ਲੋਕਾਂ ਨੂੰ ਕਿਹਾ ਸੀ ਮਤਲਬ ਪੰਜਾਬ ਦੇ ਲੋਕਾਂ ਦੇ ਉਹਨਾਂ ਨੇ ਸ਼ੁਰੂ ਤੋਂ ਕਹਿਤਾ ਕਿ ਪੰਜਾਬ ਦੇ ਲੋਕਾਂ ਨੂੰ ਮੈਂ ਸਰਪ੍ਰਸਤ ਹਾਂ, ਮਤਲਬ ਲੋਕਾਂ ਨੂੰ ਮੈਂ ਲੋਕਾਂ ਨੇ ਮੈਨੂੰ ਚੁਣਿਆ ਅਤੇ ਵਿਸ਼ਵਾਸ ਕੀਤਾ ਮੇਰੇ 'ਤੇ। ਮਾਨ ਸਾਹਿਬ ਦੇ ਮਾਨ ਸਾਹਿਬ ਨੇ ਇਹੀ ਗੱਲ ਕਹੀ ਨਾ ਕਿ ਲੋਕਾਂ ਨੇ ਮੈਨੂੰ ਚੁਣਿਆ ਵਾ, ਲੋਕਾਂ ਨੇ ਮੇਰੇ 'ਤੇ ਮਾਣ ਕੀਤਾ, ਐਡੀ ਵੱਡੀ ਲੀਡ ਨਾਲ ਮੈਨੂੰ ਜਿਤਾਇਆ। ਉਹਨਾਂ ਨੇ ਫਸਟ ਜਿਹੜੀ ਆਪਣੀ ਗਰੰਟੀ ਪੂਰੀ ਕੀਤੀ ਬਿਜਲੀ ਦੀ ਕੀਤੀ ਆ, ਤੁਹਾਨੂੰ ਪਤਾ ਕਿ ਬਿਜਲੀ ਦੇ ਟੋਟਲੀ ਇਸੇ ਮਹੀਨੇ ਜਿਹੜਾ ਪਿਛਲਾ ਮਹੀਨਾ ਲੰਘ ਗਿਆ ਟੋਟਲ ਸਾਰਿਆਂ ਦੇ ਬਿੱਲ 0 ਆਏ ਆ। ਫਿਰ ਦੂਜੀ ਗਰੰਟੀ ਵੇਖੋ ਜੀ, ਕੋਈ ਫੌਜੀ ਸਾਡਾ ਸ਼ਹੀਦ ਹੁੰਦਾ ਵਾ ਜਾਂ ਕੋਈ ਸਾਡਾ ਅਫਸਰ ਕੋਈ ਸ਼ਹੀਦ ਹੁੰਦਾ ਤਾਂ ਉਹਨਾਂ ਦੇ ਘਰ ਜਾ ਕੇ ਵੇਖੋ ਤੁਸੀਂ ਇਹ ਜਾ ਕੇ 1 ਕਰੋੜ ਰੁਪਇਆ ਦੇ ਕੇ ਆਉਂਦੇ ਆ, ਠੀਕ ਆ। ਦੂਜੀ ਗਰੰਟੀ, ਤੀਜੀ ਗਰੰਟੀ ਜਿਹੜਾ ਮੁਹੱਲਾ ਕਲੀਨਿਕ ਉਹਨਾਂ ਨੇ ਕਹੇ ਸੀ ਆਪਣੀ ਲੈਣ ਵਾਈਜ਼, ਉਹ ਮੁਹੱਲਾ ਕਲੀਨਿਕ ਵੀ ਖੋਲ੍ਹਣ ਦੇ, 500 ਮੁਹੱਲਾ ਕਲੀਨਿਕ ਦਾ ਉਦਘਾਟਨ ਕਰ ਚੁੱਕੇ ਨੇ। ਜਿੱਥੇ ਬੀਬੀਆਂ ਦੀ ਗੱਲ ਕੀਤੀ ਜਾਵੇ, ਉਹਨਾਂ ਦੇ ਖਾਤਿਆਂ ਦੇ ਵਿੱਚ 1000-1000 ਰੁਪਇਆ ਪਾਉਣ ਦੀ ਗੱਲ ਕੀਤੀ ਸੀ, ਜਿਹੜੀ ਕਿ ਹਜੇ ਤੱਕ ਵੀ ਪੂਰੀ ਨਹੀਂ ਹੋਈ।
वेखो जी ये गल बहुत जल्दी ही मेरे हिसाब से जो आ हुण बजट सैशन चलना होना इस बजट सैशन दे विच मैं 100% मतलब आस है कि मान साहब इस सैशन दे विच जिहड़ा 1000 रुपया लेडीज़ वास्ते जरूर गरंटी पूरी करनगे। दूजी गल वेखो जी लैंड वाइज जिहड़ी जिहड़ी उह मान साहब गरंटी विधान सभा विच मता रख के पास करदे आ उह गरंटी तकरीबन चालू कर देंदे आ। इलैक्शनां बारे तुसीं की कहना चाहुंदे हो? इलैक्शन हाँ जी इलैक्शन बारे मैं यही गल चाहना वेखो जी जिदा आप 2022 दे विच विधानसभा च इन्नी मेहनत की हरेक वर्कर ने वलंटियर ने अहदेदार ने इस तरीके आने वाली जिहड़ियां साडियां कौंसल दी इलैक्शन उहदे विच भी सानू सख्त मेहनत करन दी लोड़ आ ते एक दूजे दे नाल चलन दी सानू लोड़ आ ना कि सही एक दूजे दे वैरी ना बणीए ना आपां किसे दे राह दे विच रोड़ा बणीए। जिहनूं पार्टी जिहनूं साडी लीडरशिप जिते हाथ रखती है उहदे नाल आपां तुरीए उहदे नाल मेहनत करिए ना कि उहदे विरोध चाहिए ना उहनूं पठिबियां लाइए। जिन्नी आपां उह वीर नूं भैण नूं किसे नूं वी आपां नूं पार्टी देंदी टिकट देंदी आ साडी वार्ड दे विचों आपां उहदे नाल सख्त मेहनत करांगे उहनां नाल तुरांगे जिदां सेम 2014 दे विचों असीं तुरदे आए हाँ इसे तरीके नाल ही पार्टी की हमेशा ही वर्किंग मेहनत करते रहना क्योंकि अं पार्टी चंकी सोच वेख के तुरे हाँ चंकी पार्टी वेख के तुरे हाँ सरदार भगवंत सिंह की मान से पूरा जो जो सोच लैके तुरे आ उन्हों की पूरी सोच अं पहरा देवे जिमें ही पार्टी सूँ हुक्म आऊ उस तरीके ही अपनी मेहनत करते जावे तो आने वाली जलैक्शन ने अं चाहे कि साढ़े सारे इत वार्ड जिन्हें भी साढ़े कौंसलर बन आप अपनी कारपोरेशन मेयर बनाईए वधिया कौंसल बनाईए ना कि जिहड़ा हल्के काम तो जिहड़ा हुंदा पिया वह साढ़े एम एल ए साहब बहुत वधिया काम करते पए ने अपने हल्के पर अं चाहे कि साड़ी वार्ड के जिहड़े कौंसल बन वो अपने हल्के की एक नुहार बदल दें। वाहिगुरु जी खालसा वाहिगुरू जी की फतेह।